ਕਰਜ਼ਾ ਇੰਨਾ ਚੜ੍ਹਿਆ ਪਿਆ, ਉਹ ਦਿੰਦੇ ਨਹੀਂ। ਮਰਦੇ ਨੂੰ ਅੱਕ ਚੱਬਣਾ ਪੈਂਦਾ ਹੈਗਾ, ਸਾਨੂੰ 50,000 ਕਿੱਲੇ ਦਾ ਮੁਆਵਜ਼ਾ ਦੇਵੇ। ਗੁਲਾਬੀ ਸੁੰਡੀ ਦਾ ਜਿਹੜਾ ਅਟੈਕ ਹੈ ਉਹ ਅਜੇ ਆਉਣ ਦਾ ਸਮਾਂ ਬਾਕੀ ਹੈ। ਕੀ ਕੁਛ ਨਹੀਂ ਹੋਇਆ, ਨਾ ਪਿੱਛੇ ਨਰਮਾ ਹੋਇਆ ਹੁਣ, ਨਾ ਕਣਕ ਹੋਈ ਹੈ, ਕੋਈ ਬਸ ਜਵਾਕਾਂ ਦਾ ਮੰਦਾ ਹਾਲ ਹੀ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਮਗੜ੍ਹ ਭੁੰਦੜ ਦੀ 70 ਸਾਲਾ ਸੁਖਦੇਵ ਕੌਰ ਦੇ ਇਹ ਸ਼ਬਦ ਪੰਜਾਬ ਦੇ ਮਾਲਵਾ ਖਿੱਤੇ ਦੇ ਕਿਸਾਨਾਂ ਦੀ ਆਰਥਿਕ ਹਾਲਤ ਸਮਝਣ ਦੇ ਲਈ ਕਾਫੀ ਨੇ। ਸੁਖਦੇਵ ਕੌਰ ਦੇ ਪੁੱਤਰ ਨੇ ਨਰਮਾ ਬੀਜਿਆ ਸੀ ਪਰ ਗੁਲਾਬੀ ਸੁੰਡੀ ਨੇ ਫਸਲ ਬਰਬਾਦ ਕਰ ਦਿੱਤੀ ਹੈ। ਐਵੇਂ ਮੂੰਹ ਸਿੱਟ ਕੇ ਅਸੀਂ ਮੱਝ ਦਿੱਤੀ ਹੈ ਬਾਈ, ਉਹ ਵੀ 2.5 ਮਹੀਨੇ ਦੀ ਕਰ ਗਿਆ, ਵੇਚਣੀ ਪਈ। ਐਂ ਵੀ ਕੀ ਕਰੀਏ ਫਿਰ, ਹੁਣ ਕਰਜ਼ਾ ਇੰਨਾ ਚੜ੍ਹਿਆ ਪਿਆ, ਉਹ ਦਿੰਦੇ ਨਹੀਂ। ਹੱਥ ਤੜਕੇ ਤੋਂ ਜਾ ਕੇ ਹੱਥਾਂ 'ਤੇ ਘਰ ਬੈਠਾ ਰਹਿੰਦਾ ਵਿਚਾਰਾ ਦੁਕਾਨ 'ਚ, ਹੈ ਕੀ ਕਰੀਏ ਫਿਰ। ਹੈਂ ਜਿਸ ਫਸਲ ਦੀ ਗੱਲ ਸੁਖਦੇਵ ਕੌਰ ਕਰ ਰਹੇ ਨੇ ਉਹ ਗੁਲਾਬੀ ਸੁੰਡੀ ਕਾਰਨ ਨੁਕਸਾਨੀ ਗਈ ਹੈ। ਪੁੱਤਰ ਜਗਮੋਹਨ ਸਿੰਘ ਨੇ ਫਸਲ ਨੂੰ ਵਾਹ ਦਿੱਤਾ ਹੈ। ਚਿੱਟਾ ਮੱਛਰ ਤਾਂ ਗੁਲਾਬੀ ਸੁੰਡੀ ਦਾ ਹੋਣ ਵਾਲਾ ਜੀ, ਤਾਂ ਉਹ ਤੋਂ ਵਾਇਰਸ ਹੋ ਗਿਆ ਜੀ, ਬਹੁਤ ਜ਼ਿਆਦਾ ਚਿੱਟਾ ਮੱਛਰ ਆ ਜੀ। ਪਤਾ ਨਹੀਂ ਪੱਕਾ ਵੀ ਹੋਊ ਕਿ ਨਾ ਹੋਊ ਦੂਜਾ ਨਰਮੀ ਵੀ, ਮੇਰੇ 3 ਕਿੱਲੇ ਨਰਮਾ 3 ਕਿੱਲੇ ਵਾਹਤਾ ਜੀ। ਬਠਿੰਡਾ ਜ਼ਿਲ੍ਹੇ ਦਾ ਕਿਸਾਨ ਕਾਲਾ ਸਿੰਘ 1.5 ਏਕੜ ਜ਼ਮੀਨ ਦਾ ਮਾਲਕ ਹੈ। ਉਸ ਦੀ ਨਰਮੇ ਦੀ ਫਸਲ 'ਤੇ ਵੀ ਸੁੰਡੀ ਦੀ ਮਾਰ ਪਈ ਹੈ। ਮਰਦੇ ਨੂੰ ਅੱਕ ਚੱਬਣਾ ਪੈਂਦਾ ਹੈਗਾ ਕਿਉਂਕਿ ਜਿਹੜਾ ਪਿਛਲੇ ਸਾਲ ਦਾ ਵੀ ਕਰਜ਼ਾ ਇਕੱਠਾ ਹੋਇਆ ਸੀ, ਐਤਕੀ ਐਂ ਸੀਗਾ ਵੀ ਕੁਛ ਨਾ ਕੁਛ ਪੈਲੀ ਹੋ ਜੂਗੀ, ਕੋਈ ਸਰਕਾਰ ਬਦਲੀ ਹੈ, ਕੋਈ ਉਹਦਾ ਸੁਧਾਰ ਕਰਿਆ ਹੋਊ ਖੇਤੀ ਦਾ। ਇਸ ਦੇ ਲਈ ਅਸੀਂ ਵਾਹਣ ਠੇਕੇ 'ਤੇ ਲਿਆ ਸੀ, ਵੀ ਐਂ ਸੀਗਾ ਵੀ ਨਰਮਾ ਹੋ ਜੂਗਾ ਤਾਂ 4 ਛਿੱਲੜ ਕੋਲ ਆ ਜਾਣਗੇ, ਨਾਲੇ ਕਿਸੇ ਭੈਣ ਭਾਈ ਦੇ ਦਿੱਤੇ ਜਾਣਗੇ। ਉਹ ਨਰਮੇ ਦਾ ਉਹੀ ਹਾਲ ਹੈ। ਸੂਬੇ ਦੇ ਖੇਤੀਬਾੜੀ ਵਿਭਾਗ ਦੇ ਅੰਕੜਿਆਂ ਮੁਤਾਬਕ ਇਸ ਵਾਰ 2.5 ਲੱਖ ਹੈਕਟੇਅਰ ਵਿੱਚ ਨਰਮੇ ਦੀ ਕਾਸ਼ਤ ਕੀਤੀ ਗਈ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਰਕਬਾ ਇਸ ਸਮੇਂ ਸੁੰਡੀ ਦੀ ਮਾਰ ਹੇਠ ਹੈ। ਕਿਸਾਨ ਚਿੰਤਤ ਨੇ ਅਤੇ ਨਜ਼ਰ ਸਿਰਫ ਸਰਕਾਰ 'ਤੇ ਲੱਗੀ ਹੋਈ ਹੈ। ਅਸੀਂ ਤਾਂ ਮੰਗ ਕਰਦੇ ਸਰਕਾਰ ਤੋਂ, ਸਾਨੂੰ 50,000 ਕਿੱਲੇ ਦਾ ਮੁਆਵਜ਼ਾ ਦੇਵੇ, ਅਤੇ ਘੱਟੋ ਘੱਟ ਜੇ ਕੋਈ 1-2 ਸਿਰ ਸਾਡੇ ਹੁੰਦਾ ਵੀ ਹੈ ਉਹਦਾ 10-15 ਹਜ਼ਾਰ ਦਾ ਰੇਟ ਦੇਵੇ। ਹਾਲਾਤ ਦੇਖਦੇ ਹੋਏ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੰਗਲਵਾਰ ਨੂੰ ਮਾਲਵਾ ਖਿੱਤੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ। ਇਸ ਤੋਂ ਬਾਅਦ ਉਹਨਾਂ ਦੱਸਿਆ ਕਿ ਸਥਿਤੀ ਫਿਲਹਾਲ ਗੰਭੀਰ ਹੈ। ਉਹ ਜਿਹੜੀ ਸਾਨੂੰ 10 ਫੀਸਦ ਤੋਂ ਅਸੀਂ ਜ਼ਿਆਦਾ ਡਰ ਗਏ, ਅਜੇ ਜੇ ਸਾਡਾ ਡਰ ਜਿਹੜਾ ਬਰਕਰਾਰ ਹੈ, ਕਿਉਂਕਿ ਹੁਣੇ ਹੀ ਮੀਟਿੰਗ ਦੇ ਵਿੱਚ ਸਾਡੇ ਲੁਧਿਆਣਾ ਯੂਨੀਵਰਸਿਟੀ ਦੇ ਡਾਕਟਰ ਵੀ ਆਏ ਸੀਗੇ। ਉਹਨਾਂ ਨੇ ਕਿਹਾ ਕਿ ਗੁਲਾਬੀ ਸੁੰਡੀ ਦਾ ਜਿਹੜਾ ਅਟੈਕ ਹੈ ਉਹ ਅਜੇ ਆਉਣ ਦਾ ਸਮਾਂ ਬਾਕੀ ਹੈ, ਉਹ ਅਜੇ 2 ਹਫ਼ਤੇ ਆਪਾਂ ਖਤਰਿਆਂ ਦੀ ਸਥਿਤੀ ਦੇ ਵਿੱਚ ਹੈ, ਅਗਲੇ 15 ਦਿਨਾਂ 'ਚ ਉਹ ਆ ਸਕਦਾ। ਜਿਹੜੀਆਂ ਨਕਲੀ ਦਵਾਈਆਂ ਵੇਚਣਗੀਆਂ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਕਿ ਕਿਸਾਨਾਂ ਨੂੰ ਇਸ ਸਮੱਸਿਆ ਨਾਲ ਜੂਝਣਾ ਪੈ ਰਿਹਾ ਹੈ। ਪਿਛਲੇ ਸਾਲ ਵੀ ਸੁੰਡੀ ਕਾਰਨ ਫਸਲ ਬਰਬਾਦ ਹੋ ਗਈ ਸੀ ਅਤੇ ਇਸ ਵਾਰ ਵੀ ਸੂਬੇ ਦੇ 7 ਜ਼ਿਲ੍ਹੇ ਗੁਲਾਬੀ ਸੁੰਡੀ ਅਤੇ ਚਿੱਟੀ ਸੁੰਡੀ ਦੀ ਮਾਰ ਹੇਠ ਨੇ।